हेलो दोस्तों, अस्सलाम वालेकुम। उम्मीद है आप सब भाई ठीक होंगे। आज के व्लॉग का करते हैं आगाज। आज हम भाई राशिद गुज्जर पंजाब चैंपियन की छत पर आए हैं। इधर कहीं चंद शौकीन भाइयों की आपको गपशप की वीडियो दिखाते हैं, तो उम्मीद है आपको ये वीडियो पसंद आएगी। तो ऐसे ही भाई राशिद गुज्जर की छत पर रोज बरौनक गपशप चलती रहती है। तो चलते हैं अपने व्लॉग की तरफ। एक होर असूल है, मुठ पिछो होवे दो मुठ अगो होवे। मुठ पूरी ए आ लो जी, मुठ पूरी पिछो जे ए दो मुठा नाप लो कबूतर अगो जे सीधा चढ़ना चाहिए। मैं तुहानू दसन लगना एक मिनट, ए दो मुठ अगो जे मुठ कबूतर पिछो जे आ वेख लो जी, आ तुहाडे सामने बच्चा जे इहदा हुण पिछो आ जाओ जी। इहदी ए मेरे हड्डू उत्ते ही है, ए वेखो ए पट्टी वेखो, पिछो दी दुंब वेखो, लगदा बूंडा पटीता सिर्फ इक पार है। अगो सीने आ ला जाओ, ਇਹਦਾ ਪੱਠੀ ਹੋ ਕੇ ਸੀਨਾ ਚੈੱਕ ਕਰੋ। ਬਣਾ ਰਹਾ ਵੀਡੀਓ, ਪੂਰੀ ਲਾਈਫ ਚੱਲੇ ਇਨਸ਼ਾਅੱਲਾ। ਆ ਜਿਸ ਟਾਈਮ ਪੱਠੀ ਤਿਆਰ ਹੋਈ ਨਾ, ਡਾਕਟਰ ਸਾਹਿਬ ਅੱਲਾਹ ਤਾਲਾ ਇਜ਼ਾਦ ਦੇ ਸਾਹ ਰੱਖੇ ਨਾ ਸਰ, ਇਹਦਾ ਸਾਨੀ ਨਹੀਂ ਹੋਏਗਾ ਇਸ ਖੁੱਡੇ ਦੇ ਵਿੱਚ ਕੋਈ ਵੀ ਕਬੂਤਰ। ਬੜੀ ਗੱਲ, ਇਹਦਾ ਸਾਨੀ ਨਹੀਂ ਹੋਣ ਲੱਗਾ। ਕੀ ਬਾਤ ਹੈ ਜੀ ਉਸਤਾਦ ਜੀ, ਅਗਰ ਮੈਂ ਜਿਹੜੇ ਇਹਨੇ ਦੱਸੀਆਂ ਨੇ ਗੱਲਾਂ ਦੱਸਿਆ, ਜੇ ਕੋਈ ਗਲਤ ਹੋਈ ਤੇ ਉਸਤਾਦ ਜੀ ਦੀ ਗੁਸਤਾਹੀ ਕਰਨਾ ਤੁਹਾਡਾ ਹੱਕ ਹੈ। ਨਹੀਂ ਨਹੀਂ, ਗੁਸਤਾਹੀ ਕਰ ਸਕਦੇ ਆ, ਇਹਦੀ ਜ਼ਿੰਦਗੀ ਨਹੀਂ ਹੋ ਸਕਦਾ। ਉਹ ਪੱਠਾ ਚੈੱਕ ਕਰਾਓ ਭਾਜੀ, ਲੋ ਭਾਜੀ ਆ ਬਣਾਓ ਜੀ ਇਸ ਪੱਠੇ ਦੀ ਵੀਡੀਓ। ਇਹਦਾ ਭਰਾ ਵੇ ਪਹਿਲਾ ਰੋਲ ਹੁੰਦਾ ਜੀ ਕਬੂਤਰ ਦੀ ਦੁੰਬ ਦਾ। ਪੂਰੀ ਬਣਾਓ, ਪੂਰੀ ਬਣਾਓ, ਦੁੰਬ ਚੈੱਕ ਕਰੋ। ਲੋਕੀ ਐਂ ਕਿ ਦੁੰਬਾਂ ਸਵਾਰ ਸਵਾਰ ਕੇ ਐਂ ਜੀ ਕਰ ਕਰਕੇ ਦੁੰਬ ਸਾਰੀ ਦਿਹਾੜੀ ਬੱਚਾ ਹਿਲਾਓ ਵੈ ਦੀ ਕੀ ਮਜਾਲ ਹੈ, ਦੁੰਬ ਬੱਚਾ ਖੋਲ ਜਾ। ਐਡਾ ਵੱਡਾ ਪਰ ਲੱਗਣਾ, ਜਾਂ ਫਿਰ ਜਿਹੜਾ ਹੁੰਦਾ ਨਾ ਕਬੱਡੀ ਦਾ, ਜਿੰਨਾ ਉਹਦੇ ਬਾਜ਼ੂ ਵੱਡੇ ਉਹਨਾਂ ਦੀ ਹੈਲਪ ਹੋਵੇਗੀ, ਤਗੜਾ ਖੇਡਦਾ ਜੱਫਾ ਤਗੜਾ ਕਰੇਗਾ। ਇਹਨੂੰ ਤੁਸੀਂ ਜੋੜਿਆਂ 'ਚ ਲਾਓ, ਜੋੜਿਆਂ ਦੇ ਵਿੱਚ ਅਹਿਮ ਕਿਰਦਾਰ ਅਦਾ ਕਰਦਾ ਉੱਡਣ ਤੋਂ ਜ਼ਿਆਦਾ। ਇਹ ਬੱਚਾ ਜਦੋਂ ਵੱਡਾ ਹੋਇਆ ਅੱਲਾਹ ਤਾਲਾ ਇਜ਼ਾਦ ਦੇ ਸਹਾ ਕਰੇ ਤੇ ਕਿੱਡਾ ਤਗੜਾ ਪੱਠਾ ਬਣੇ। ਪਿੱਪਲਾਂ ਵਾਲੀ ਬਰੀਡ ਹੈ ਜਿਹਨੂੰ ਜੇਠ ਹਾੜ 'ਚ ਵੀ ਕੋਈ ਰੋਜ਼ਾਨੀ ਰਾਤ ਰਹਿ ਜਾਂਦਾ ਸੀ, ਤੰਗੀ ਦਿੱਤੀ ਉਸ ਕਬੂਤਰ, ਯਾਨੀ ਕਿ 10 ਵੱਜ ਗਏ ਨੇ ਉਹ ਉੱਡਦਾ ਹੀ ਰਿਹਾ, ਅੱਕ ਕੇ ਲਾਈਟਾਂ ਬੰਦ ਕਰ ਛੱਡੀਆਂ ਨੇ ਕਿ ਇਹਨੂੰ ਮੱਤ ਆਵੇ। ਬਹਿੰਦਾ ਸੀ ਲਾਹਵੇਂ ਡਿੱਗ ਕੇ, ਸੁਬਾਹ ਸੁਬਾਹ ਫਿਰ ਆਉਂਦਾ ਸੀ, ਜੇ ਸੁਬਾਹ ਕਬੂਤਰ ਉੱਡ ਗਏ ਨੇ ਤੇ ਨਾਲ ਉੱਡ ਗਿਆ ਕਬੂਤਰ, ਅਗਲੇ ਦਿਨ ਫਿਰ ਕਬੂਤਰ ਸ਼ਾਮੀ ਪਿਛਲੇ ਟਾਈਮ ਜਾ ਕੇ ਬਹਿਣਾ, ਅੱਕ ਕੇ ਬੋਸਰਾ ਫਿਰ ਉਹਨੂੰ ਜੋੜੇ ਲਾਇਆ ਉਸ ਕਬੂਤਰ ਨੂੰ, ਕੜੇ ਕੜੇ ਬੋਸਾਂ ਲਾਇਆ ਬੋਸਰਾ ਉਸਤਾਦ ਰੱਖਿਆ ਕਰੋ। ਇਹ ਮੇਰੇ ਉਸਤਾਦ ਦੇ ਮੋਹਤਰਮ ਨੇ ਸ਼ੋਜੀ ਗੁੱਜਰ ਸਾਹਿਬ ਨੇ ਜੀ ਆ, ਇਹਨੇ ਮਾਸ਼ਾਅੱਲਾ ਦੋ ਬੱਚੇ ਕੱਢੇ ਨੇ, ਇਹ ਚੈਂਪੀਅਨ ਗੁਜਰਾਂ ਵਾਲਾ, ਚੈਂਪੀਅਨ ਪੰਜਾਬ। ਸੁਬਾਹ ਸੁਬਾਹ ਫਿਰ ਆਉਂਦਾ ਸੀ, ਜੇ ਸੁਬਾਹ ਕਬੂਤਰ ਉੱਡ ਗਏ ਨੇ ਤੇ ਨਾਲ ਉੱਡ ਗਿਆ ਕਬੂਤਰ, ਅਗਲੇ ਦਿਨ ਫਿਰ ਕਬੂਤਰ ਸ਼ਾਮੀ ਪਿਛਲੇ ਟਾਈਮ ਜਾ ਕੇ ਬਹਿਣਾ, ਅੱਕ ਕੇ ਬੋਸਰਾ ਫਿਰ ਉਹਨੂੰ ਜੋੜੇ ਲਾਇਆ ਉਸ ਕਬੂਤਰ ਨੂੰ, ਕੜੇ ਕੜੇ ਬੋਸਾਂ ਲਾਇਆ ਬੋਸਰਾ ਉਸਤਾਦ ਰੱਖਿਆ ਕਰੋ। ਇਹ ਮੇਰੇ ਉਸਤਾਦ ਦੇ ਮੋਹਤਰਮ ਨੇ ਸ਼ੋਜੀ ਰਾਸ਼ੀ ਗੁੱਜਰ ਸਾਹਿਬ ਨੇ ਜੀ ਆ, ਇਹਨੇ ਮਾਸ਼ਾਅੱਲਾ ਦੋ ਬੱਚੇ ਕੱਢੇ ਨੇ, ਇਹ ਚੈਂਪੀਅਨ ਗੁਜਰਾਂ ਵਾਲਾ, ਚੈਂਪੀਅਨ ਪੰਜਾਬ ਕੱਪ ਜੀ। ਹੈ ਜੀ ਜਨਾਬ, ਸਾਡਾ ਹਲਕਾ ਜਿਹਾ ਸ਼ੌਕ ਜੋ ਬੜੇ ਵੱਡੇ ਉਸਤਾਦ ਤੇ ਨਹੀਂ ਤਿਆ। ਹੈਲੋ ਜੀ ਸਾਡੇ ਮੋਹਤਰਮ, ਹਾਂਜੀ ਬਹੁਤ ਦਿਲਚਸਪੀ ਆਈ ਹੈ ਸਾਡੇ ਕਬੂਤਰ ਵੇਖ ਕੇ, ਔਰ ਰਾਜ ਸਾਹਿਬ ਬਹੁਤ ਇਹਨਾਂ ਦਾ ਬਹੁਤ ਇਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਰਾਜ ਸਾਹਿਬ ਅੱਛੀ ਤਰ੍ਹਾਂ ਕਬੂਤਰ ਦੇ ਬਾਰੇ ਬਰੀਫ ਕਰਦੇ ਨੇ, ਰਾਜ ਸਾਹਿਬ ਠੀਕ ਜਾਣਦੇ ਨੇ, ਅਸੀਂ ਇਹਨਾਂ ਕੋਲ ਕੁਝ ਸਿੱਖਣ ਵਾਸਤੇ ਆਉਂਦੇ ਹਾਂ ਰਾਜ ਸਾਹਿਬ ਕੋਲ, ਕਿ ਡਾਕਟਰ ਸਾਹਿਬ ਨੇ ਸਾਡੇ ਭਾਈ ਨੇ ਤੇ ਇਹ ਵੀ ਬਹੁਤ ਅੱਛੇ ਆਦਮੀ ਨੇ, ਤੇ ਇਨਸ਼ਾਅੱਲਾ ਕੋਸ਼ਿਸ਼ ਇਹੀ ਹੈ ਕਿ ਆਪਣੇ ਕੰਮ ਧੰਦੇ ਤੇ ਵੀ ਲੱਗੇ ਰਹਿਣ। ਨਹੀਂ ਰਾਜ ਸਾਹਿਬ ਦੀ ਜਿਹੜੀ ਪਰਖ ਹੈ ਨਾ ਕਬੂਤਰ ਦੀ, ਰਾਜ ਸਾਹਿਬ ਤੋਂ ਬਾਅਦ ਬਸ ਹੈ। ਰਾਜ ਸਾਹਿਬ ਕਿੰਨੇ ਕਬੂਤਰ ਡਾਏ ਨੇ? ਅਸੀਂ ਅਲਹਮਦੁਲਿਲਾ ਅਸੂ ਕੱਪ ਹੀ ਤੁਹਾਡੇ ਸਾਹਮਣੇ ਰਿਜ਼ਲਟ ਦੱਸੋ ਦੱਸੋ ਮਾਸ਼ਾਅੱਲਾ, ਉਹ ਤੇ ਸਾਰਿਆਂ ਦੇ ਸਾਹਮਣੇ ਪੋਸਟਾਂ ਵੀ ਆ ਰਹੀਆਂ ਨੇ ਅਲਹਮਦੁਲਿਲਾ, ਸਾਹਿਜ ਵੀ ਤਿਆਰੀ ਹੈ ਠੀਕ ਹੈ। ਤੇ ਅੱਜ ਕੱਲ ਦੇ ਮੌਸਮ ਵਿੱਚ ਕੀ ਕਬੂਤਰਾਂ ਦੇ ਡਾਂਦੇ ਦੁੰਦੇ ਹੋਗੇ? ਨਹੀਂ ਅਸੀਂ ਨਹੀਂ ਕਬੂਤਰ ਨੂੰ ਜੀ ਰੈਸਟ ਦਿੰਦੇ, ਜਿਹੜੇ ਦੇ 100% ਨੇ ਉਹ ਇਸ ਕੁੱਡੇ 'ਚ ਨੇ ਉਹਨਾਂ ਨੂੰ ਰੈਸਟ, ਜਿਹੜੇ 90-95 ਨੇ ਉਹਨਾਂ ਦਾ ਕੰਮ ਉੱਡਣਾ। ਧੁੰਦ ਪਈ ਜੇ ਵੇਖ ਲਓ ਕਬੂਤਰ ਸਾਡੇ ਉੱਤੇ ਬੰਦ, ਜਿੰਨਾ ਘਰ ਆਉਣਾ ਵੇਖੋ ਜੀ। ਆਪਣੇ ਰਾਜ ਸਾਹਿਬ, ਰਾਮ ਮੋਹਨ ਸਾਹਿਬ, ਪੰਜਾਬ ਪੁਲਿਸ ASI ਸਾਹਿਬ, ਉਸਤਾਦ ਮੀਨ ਸਾਹਿਬ ਨੇ
हाजी साहब बैठे हुए ने, हाजी नज़ीर साहब फ्राम सऊदी अरब, नादर गुजर साहब, अरसलान भट्ट साहब भारी अरचौकी तो आए ने, बड़े मशहूर साढ़े उस्ताद ने। तुसी वीडियो वेख के इन्हां नाम जान जाओगे। राशिद गुजर शौक करा रहे हैं, डॉक्टर साहब मजीद ब्रीफ कर रहे हैं, दस रहे हैं चीज़ों को कबूतर किहो जिहा होना चाहिए। माशाल्लाह बड़ा मज़ा आया शौक करके। सारे भाइयों रिक्वेस्ट है कि जो भी ये वीडियो वेखो इन्हें लाइक तो कमेंट जरूर करे जे, तो मजीद तुहानू फोन नंबर राज साहब का लिखा होएगा, जिन्हें कोई मजीद कोई मुस्तफीद होना है तो वह अपना राबता राज साहब न कर सकता। मेहरबानी, शुक्रिया, अस्सलाम वालेकुम जी।